ਖਬਰ ਲੁਧਿਆਣਾ ਤੋਂ ਹੈ ਜਿਸ ਨੂੰ ਸਮਾਰਟ ਸਿਟੀ ਦਾ ਨਾਂ ਤਾਂ ਐਲਾਨ ਦਿੱਤਾ ਗਿਆ ਪਰ ਅਪਰਾਧ ਇਸ ਸਿਟੀ ਦੇ ਵਿੱਚ ਹਰ ਦਿਨ ਆਪਣੇ ਪੈਰ ਫੈਲਾ ਰਹੇ ਨੇ। ਕੁਮਾਰ ਮੰਡੀ ਸਥਿਤ ਸੈਮਸੰਗ ਦੇ ਸ਼ੋਰੂਮ 'ਚ ਬੀਤੀ ਰਾਤ ਚੋਰਾਂ ਨੇ ਲੱਖਾਂ ਰੁਪਏ ਦੇ ਸਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਚੋਰਾਂ ਨੇ ਸ਼ਟਰ ਤੋੜ ਕੇ ਇਸ ਸ਼ੋਰੂਮ ਦੇ ਵਿੱਚ ਚੋਰੀ ਕੀਤੀ। ਇੰਨਾ ਹੀ ਨਹੀਂ, ਸ਼ੋਰੂਮ ਦੇ ਮਾਲਕਾਂ ਦੇ ਮੁਤਾਬਕ ਚੋਰੀ ਕਰਨ ਤੋਂ ਬਾਅਦ ਚੋਰ CCTV ਕੈਮਰੇ ਅਤੇ ਰਿਕਾਰਡਿੰਗ ਸੈੱਟ ਵੀ ਆਪਣੇ ਨਾਲ ਲੈ ਗਏ। ਚੋਰਾਂ ਨੇ ਮੋਬਾਈਲ ਫੋਨ ਅਤੇ LED TV, 50 ਲੱਖ ਦਾ ਇਲੈਕਟ੍ਰੋਨਿਕ ਸਮਾਨ ਵੀ ਆਪਣੇ ਨਾਲ ਲੈ ਗਏ। ਦੱਸ ਦੇ ਕਿ ਸ਼ੋਰੂਮ 'ਚ 1500,000 ਤੋਂ ਲੈ ਕੇ 50,000 ਤੱਕ ਦੇ ਕੀਮਤੀ ਮੋਬਾਈਲ ਸੀ। ਅਸੀਂ ਰਾਤੀ ਗਏ ਹਾਂ ਸ਼ੋਰੂਮ ਤੋਂ, ਜਦੋਂ ਸਾਡੇ ਨੂੰ ਉਦੋਂ ਲੋਕ ਸੀਗਾ, ਸਵੇਰੇ ਨਾਲ ਦੇ ਸ਼ੋਰੂਮ ਤੋਂ 10 ਵਜੇ ਸਾਨੂੰ ਕਾਲ ਆਈ ਹੈ। ਅਸੀਂ ਆਏ ਹਾਂ ਅਤੇ ਆ ਕੇ ਦੇਖਿਆ ਸਾਰਾ ਹਾਲਾਤ ਹੋਇਆ ਹੈ। ਕਿੰਨੇ ਲੱਖ ਦੀ ਚੋਰੀ ਸਰ? ਹਲੇ ਕੁਛ ਕਨਫਰਮ ਨਹੀਂ, ਹਲੇ ਤਾਂ ਸਾਰਾ ਦੇਖਾਂਗੇ, ਟੈਲੀ ਕਰਕੇ ਦੱਸੋਗੇ ਕੀ ਕੈਮਰੇ ਵੀ ਸਰ ਸਾਰੇ ਟੁੱਟੇ ਹੋਏ ਆ, DVR ਤੱਕ ਤੋੜਿਆ ਹੋਇਆ। ਬੈਕ ਪਹਿਲਾਂ ਫਰੰਟ ਵਾਲਾ ਕੈਮਰਾ ਓਪਨ ਕੀਤਾ ਸਰ, ਸਾਰੇ ਮੋਬਾਈਲਸ ਹੀ ਆ, ਸਾਰੇ ਵੱਡੇ ਮੋਬਾਈਲ ਦੇ ਬੋਕਸ ਤੱਕ ਨਾਲ ਲੈ ਗਏ। ਆ ਬਾਕੀ ਸਾਰਿਆਂ ਦੇ ਫੋਨ ਕੱਢ ਕੇ ਲੈ ਗਏ, ਬੈਟਰੀਆਂ ਚਾਰਜਰ ਇੱਥੇ ਸੈੱਟ ਗਏ ਡੱਬੇ ਸਮੇਤ। ਭਾਈ ਬਸ ਸਟੋਰ 'ਤੇ ਆਏ ਹਾਂ, ਆਉਂਦੇ ਸਾਰੇ ਜਿਵੇਂ ਦੇਖਿਆ ਤਾਂ ਕੁਛ ਹੋਇਆ ਸੀ, ਛੋਟੇ ਤੋਂ ਲੈ ਕੇ ਸਾਰੇ ਵੱਡੇ ਹੈਂਡਸੈਟ ਲੈ ਗਏ, ਉਹ ਜਿਹੜੇ ਡੈਮੋ ਸੀ ਡੈਮੋ ਸਮੇਤ ਸਾਰੇ ਲੈ ਗਏ। ਕਸਟਮਰ ਦੇ ਜਿਵੇਂ ਪੁਰਾਣੇ ਹੈਂਡਸੈਟ ਵਗੈਰਾ ਪਏ ਸੀ ਉਹ ਟੋਟਲੀ ਲੈ ਗਏ। ਹਾਂ, ਰਿਪੇਅਰ ਵਾਸਤੇ ਕਈ ਡਿਸਪਲੇ ਵਗੈਰਾ ਵਾਲੇ ਉਹ ਸਾਰੇ ਹੈਗੇ ਆ। ਲਗਭਗ ਐਸਟੀਮੇਟ ਤਾਂ ਸਰ ਉਹ ਲਾਣਾ ਹੀ ਆ, ਇਹ ਹਜੇ ਚੈੱਕ ਨਹੀਂ ਕੀਤਾ, ਚੈੱਕ ਕਰਕੇ ਫਿਰ ਤੁਹਾਨੂੰ। ਬਾਕੀ ਜਿਹੜਾ DVR ਦਾ ਸਮੇਤ ਜਿਵੇਂ ਹਾਰਡ ਡਿਸਕ ਸਾਰੀ ਉਹ ਸਮੇਤ ਲੈ ਗਏ। ਇਹ ਇਸਕਾ ਸੈਮਸੰਗ ਕਾ ਸ਼ੋਰੂਮ ਹੈ, ਰੋਇਲਟਸ ਜ਼ੂਨ ਹੈ ਇਸਕਾ ਨਾਮ। ਚੋਰੀ ਕਾ ਕੋਈ ਆਈਡੀਆ ਨਹੀਂ ਹੈ, ਸੁਬਹ ਪਤਾ ਚਲਾ ਹਮੇ। ਮੋਬਾਈਲ ਥੇ ਯਹਾਂ ਪੇ, ਮੋਬਾਈਲ ਥੇ, ਕੈਮਰੇ ਥੇ ਔਰ ਅਸੈਸਰੀ ਥੀ। ਕਾਰਵਾਈ ਕੁਛ ਨਹੀਂ, ਪੁਲਿਸ ਸੁਬਹ ਆਈ ਥੀ ਆਪਣੀ ਇਨਕੁਆਇਰੀ ਕਰਕੇ ਚਲੇ ਗਈ ਹੈ।